ਡਾਕਟਰ ਸਤਿਆਨ ਸਿੰਘ ਗਿੱਲ IPS ਕਮਿਸ਼ਨ ਔਰ ਪੁਲਿਸ ਦੀਆਂ ਤਿਆਰਾਂ ਦੇ DCP ਸਾਹਿਬ ਮੁਖਵਿੰਦਰ ਸਿੰਘ ਪੁਲ ਦੀ ਰੈਨ ਮੈਟਰ ਜਿਹੜੀ ਅਸੀਂ CS ਸਾਹਿਬ ਨੂੰ ਮਾੜੀਆਂ ਸਭਾ ਦੇ ਖਿਲਾਫ ਮੈਂ ਸ਼ੁਰੂ ਕੀਤੀ ਸੀ। ਉਹਦੇ ਦੌਰਾਨ ਕੱਲ੍ਹ ਸ਼ਾਮ ਨੂੰ ਉਦੋਂ ਵੱਡੀ ਸਫਲਤਾ ਮਿਲੀ ਜਦੋਂ SI ਅਸ਼ਵਨੀ ਕੁਮਾਰ ਦੀ ਅਗਵਾਈ ਹੇਠ ਸਾਡੀ ਪੁਲਿਸ ਪਾਰਟੀ ਨੇ ਨਾਕਾ ਲਾਇਆ ਸੀ। ਨਾਕੇ ਦੇ ਨਾਲ ਦੌਰਾਨ ਇਨਫੋਰ ਮੁਹਿੰਮ ਮਿਲੀ, ਇਹਦੇ ਵਿੱਚ ਹਰਜਿੰਦਰ ਸਿੰਘ, ਅਮਰਿੰਦਰ ਸਿੰਘ, ਗੁਰਸੇਵਕ ਸਿੰਘ, ਗੁਰਜੀਤ ਸਿੰਘ, ਜਿਨ੍ਹਾਂ ਨੇ ਇੱਕ ਗਰੋਹ ਬਣਾਇਆ ਜੋ ਕਿ ਇਹਨਾਂ ਨੇ ATM ਨੂੰ ਜਿਹੜਾ ATM ਲੁੱਟਣੇ ਸੀ ਉਹਦੇ ਦੌਰਾਨ ਜਦੋਂ ਇਹਨਾਂ ਨੇ ਉੱਥੇ ਇਨਫੋਰਮੇਸ਼ਨ 'ਤੇ ਨਾਕਾ ਲਾ ਕੇ ਚਾਰ ਬੰਦੇ ਨੂੰ ਗ੍ਰਿਫਤਾਰ ਕੀਤਾ। ਇਹਨਾਂ ਲਈ ਇੱਕ ਆਦਮੀ ਜਿਹੜਾ ਉਦੋਂ ਮੌਕੇ 'ਤੇ ਫਰਾਰ ਹੋ ਗਿਆ ਜੀ। ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਕੋਲ ਵਿੱਚ ਉਹਨਾਂ ਕੋਲ ਗੈਸ ਸਿਲੰਡਰ, ਕਟਰ, ਜਿਹੜੀ ਸਪਰੇਅ ਗੱਡੀ ਦੇ ਵਿੱਚ ਬਰਾਮਦ ਹੋਈ, ਇੱਕ ਵਰਨਾ ਗੱਡੀ ਬਰਾਮਦ ਕੀਤੀ ਹੈ। ਦੌਰਾਨੇ ਪੁੱਛਗਿੱਛ ਇਹਨਾਂ ਨੇ ਦੱਸਿਆ ਵੀ ਜਿਹੜਾ ਹਰਜਿੰਦਰ ਸਿੰਘ ਆ ਇਹਨੇ ਮੋਦੀਖਾਨਾ ਉੱਥੇ ਉਹਦਾ ਭਰਾ ਦੇ ਮੋਦੀਖਾਨੇ ਕੰਮ ਕਰਦਾ ਜੀ। ਇਹਦੇ ਨਾਲ ਇੱਕ ਵਰਿੰਦਰ ਸਿੰਘ ਉੱਥੇ ਬਿਲਡਿੰਗ ਦਾ ਉੱਥੇ ਕੰਮ ਕਰਦਾ ਜੀ। ਉਸ ਜਿਹੜੇ ਇਹਨੂੰ ਹਰਿੰਦਰ ਸਿੰਘ ਨੇ ਵਰਿੰਦਰ ਸਿੰਘ ਕਿਹਾ ਤੂੰ ਯੂਟਿਊਬ ਤੋਂ ਵੇਖ ATM ਦੇ ਕਿੱਥੇ ਕਿਸ ਤਰ੍ਹਾਂ ਇੱਥੇ ਇਹਨੂੰ ਅਪਰੇਟ ਕਰਕੇ ਉਹਨੂੰ ਸਾੜ ਕੇ ਉੱਥੋਂ ਜਿਹੜੀ ਪੈਸੇ ਕੱਢੇ ਜਾਂਦੇ ਜੀ। ਇਹਨੂੰ ਸਾਰਾ ਯੂਟਿਊਬ ਤੋਂ ਸਾਰਾ ਇਹ ਵਰਕ ਕਰਕੇ ਇਹਨਾਂ ਸਾਰੀ ਸਲਾਹ ਕਰਕੇ ਇਹਨਾਂ ਨੇ ATM ਜਿਹੜਾ ਅੱਗੇ ਰਾਤ ਢੰਡ ਸੇਲ ਦੇ ਵਿੱਚ ਨੇ ਦੋ ATM ਇੱਕ ATM ਲੁੱਟਣਾ ਸੀ। ਇਹਨਾਂ ਦੀ ਜਦੋਂ ਪੁੱਛ ਕੇ ਦੱਸਿਆ ਇਹਨਾਂ ਨੇ ਮਾਡਲ ਸਕਿਉਰਿਟੀ ਇਹ ਵੀ ਇੱਕ ਇਹਨਾਂ ਨੇ ਪਹਿਲਾਂ ਵਰਨਾ ਕਾਰ 'ਤੇ ਦੋ ਤਿੰਨ ਦਿਨ ਤੋਂ ਪਹਿਲਾਂ ਸਾਰੇ ਰੱਖੀ ਕਰਦੀ ਕਿ ਕਿਹੜੇ ਕਿਹੜੇ ATM ਦੇ ਲਾਗੇ ਇੱਕ ਫੋਰਸ ਹੁੰਦੀ ਆ, ਜਾਂ ਉੱਥੇ ਗਾਰਡ ਹੁੰਦਾ, ਜਾਂ ਉੱਥੇ ਉਹ ਜਗ੍ਹਾ ਹੁੰਦੀ ਹੈ ਉਹਨਾਂ ਤੁਸੀਂ ਜਿੱਥੇ ਕਿ ਕੋਈ ਉੱਥੇ ਲਾਗੇ ਬਹੁਤਾ ਰਸ਼ ਨਾ ਹੋਏ। ਉਸ ਦੌਰਾਨ ਨੇ ਇੱਕ ਦੱਸਿਆ ਕੁੱਕੜਾ ਵਾਲੇ ਏਟੀਐਮ ਵੇਖਿਆ ਜੀ, ਇੱਕ ਦਬੁਰਜੀ ਵੇਖਿਆ ਜੀ ਜਿੰਦਰ ਰੋਡ ਦੇ, ਢੰਡ ਕਸੇਲ ਇੱਕ ਵਰਪਾਲ ਏਟੀਐਮ ਵੇਖਿਆ ਜੀ। ਇਹਨਾਂ ਸ਼ੁਰੂ ਤੋਂ ਕਰਨੀ ਸੀ ਇੱਥੋਂ ਢੰਡ ਕਸੇਲ ਤੋਂ ਜਿਹੜਾ ਇਹਨੂੰ ਇਹਨਾਂ ਏਟੀਐਮ ਲੁੱਟਣ ਦੀ, ਉਹ ਨਾਕੇ ਦੌਰਾਨ ਗ੍ਰਿਫਤਾਰ ਕਰ ਲਿਆ ਇਹਨਾਂ ਨੂੰ, ਪੇਸ਼ ਕੀਤਾ ਇਹਨਾਂ ਦਾ 6 ਤਰੀਕ ਦਾ ਪੇਸ਼ ਮਾਮਲਾ ਦਰਜ ਕਰ ਲਿਆ ਜੀ।